ਗਾਇਸ ਕਵੇ ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ। ਤੇ ਗਾਇਸ ਆਪਾਂ ਵੀ ਪੂਰੇ ਘੈਂਟ ਆ। ਤੇ ਮਿੱਤਰੋ ਕਹਿੰਦੇ ਸੀ ਗੱਡੀ 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 ਲੈ ਲਈ, ਫਿਰ ਆਪਾਂ ਲੈ ਲਈ ਮਿੱਤਰੋ। ਬਾਹਰੋਂ ਵੀ ਲੁੱਕ ਦਿਖਾਵਾਂਗੇ, ਪਹਿਲਾਂ ਅੰਦਰੋਂ ਲੁੱਕ ਚੈੱਕ ਕਰੋ। ਵਾਹ ਜੀ ਵਾਹ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਇੱਕ ਆਪਾਂ ਮਿੱਤਰੋ ਲੈ ਲਿਆ ਸਪਲੈਂਡਰ, ਇੱਕ ਆਪਾਂ ਟਾਇਰ ਲੈ ਲਏ, ਚਾਰੇ ਟਾਇਰ ਲੈ ਲਏ। ਮੂਹਰਲੇ ਟਾਇਰ ਦੋ ਤਿੰਨ ਦਿਨ ਲੇਟ ਆਉਣਗੇ, ਤੇ ਜਿਹੜੇ ਪਿਛਲੇ ਟਾਇਰ ਆ ਉਹ ਆ ਜਾਣਗੇ ਕੱਲ੍ਹ ਨੂੰ ਜਾਂ ਪਰਸੋਂ। ਠੀਕ ਹੈ, ਅਤੇ ਹੁਣ ਓਕੇ ਆ ਕੰਮ। ਅਤੇ ਅੱਜ ਜਾਣਾ ਹੈਗਾ ਬਈ ਆਪਾਂ ਚੰਡੀਗੜ੍ਹ ਵੱਲ ਨੂੰ, ਮੋਹਾਲੀ। ਉੱਥੇ ਆਪਣਾ ਤੁਹਾਨੂੰ ਪਤਾ ਹੀ ਹੈ, ਦੱਸਿਆ ਸੀਗਾ ਕੱਲ੍ਹ ਵੀ ਕਿ ਫਲੈਟ ਲਿਆ ਬੈਠਾ ਸੀ, ਜਾਂ ਉੱਥੇ ਜਾਣਾ, ਉੱਥੇ ਕੰਮ ਆ ਦੋ ਚਾਰ। ਅਤੇ ਕੰਮ ਕਰਕੇ ਉੱਦਣ ਨੂੰ ਟਾਇਰ ਆ ਜਾਣਗੇ, ਅਤੇ ਫਿਰ ਆਪਾਂ ਪਿੰਡ ਆ ਕੇ ਟਰੈਕਟਰ ਦੇ ਟਾਇਰ ਪਾਵਾਂਗੇ। ਅਤੇ ਅੱਜ ਮਿੱਤਰੋ ਗੱਡੀ ਦੀ ਪਾਰਟੀ ਚੱਲੂ ਅੱਜ ਤਾਂ, ਹੈ ਨਾ। ਚੱਲੂ ਗੱਡੀ ਦੀ ਪਾਰਟੀ ਚੱਲੂ ਪੂਰੀ ਜੋ ਮੋਹਾਲੀ ਦੇ ਵਿੱਚ। ਵਾਹ ਜੀ ਵਾਹ, ਸਿਰਾ ਗੱਲਬਾਤ। ਪਹਿਲਾਂ ਮੈਂ ਤਾਂ ਨਹੀਂ ਦੱਸਿਆ, ਮੈਂ ਕਿਹਾ ਨਹੀਂ ਯਾਰ ਮੌਕੇ ਜੇ 'ਤੇ ਨਾ ਕਈ ਵਾਰੀ ਕੋਈ ਅੜਚਣ ਪੈ ਜਾਂਦੀ ਹੁੰਦੀ ਆ, ਅੜਚਣ। ਸਹੀ ਆ, ਅਤੇ ਜਦੋਂ ਮੈਂ ਕਿਹਾ ਲੈ ਲਈ ਉਹ ਜੀ ਗੱਡੀ ਦਿਖਾਵਾਂਗੇ। ਹਾਂ ਸਹੀ ਆ, ਅਗਲਾ ਵੀ ਦੱਸਾਂਗੇ। ਇੱਕ ਗੱਡੀ ਆਪਾਂ ਹੋਰ ਲਿਆਉਣੀ ਆ ਐਡਵਾਂਸ। ਹਾਂ, ਅਤੇ ਬਾਕੀ ਇਹ ਫਿੱਟ ਰਹੇਗੀ ਤਾਂ ਇਹੀ ਠੀਕ ਆ, ਨਹੀਂ ਫਿਰ ਗੱਡੀ ਹੋਰ ਵੀ ਲਿਆਵਾਂਗੇ, ਹੈ ਨਾ। ਓਕੇ ਆ ਕੰਮ ਮਿੱਤਰੋ, ਕੇਰਾ ਆਪਾਂ ਗੱਡੀ ਲੈ ਲਈ। ਅਤੇ ਉਹ ਆਉਂਦਾ ਝੋਟਾ ਮਗਰ, ਸਾਜਨ ਸਿਆ ਮਗਰ ਆ ਰਿਹਾ। ਪਹਿਲਾਂ ਅਸੀਂ ਆਏ ਸੀ ਬਈ ਮੋਟਰਸਾਈਕਲ 'ਤੇ, ਅਸੀਂ ਕਿਹਾ ਗੱਡੀ 'ਚ ਫਿੱਟ ਲੱਗੀ ਫਿਰ ਲਵਾਂਗੇ, ਨਹੀਂ ਤਾਂ ਫਿਰ ਮੋਟਰਸਾਈਕਲ 'ਤੇ ਪਿੰਡ ਮੁੜ ਜਾਵਾਂਗੇ। ਹੁਣ ਤਾਂ ਤਾਂ ਹੀ ਤੁਹਾਨੂੰ ਪਹਿਲਾਂ ਨਹੀਂ ਦੱਸਿਆ ਅਤੇ ਗੱਡੀ ਫਿੱਟ ਆ ਗਈ, ਆਪਾਂ ਫਿਰ ਲੈ ਲਈ। ਅਤੇ ਹੁਣ ਆਪਾਂ ਜਾਣਾ ਹੈਗਾ ਅੱਜ ਮੋਹਾਲੀ ਪੈਰਾਂ ਲੈਣਾ। ਮੈਂ ਘਰੇ ਚੱਲਾਂ, ਸ਼ਰਟ ਪਾਈ ਸੀ ਭਾਵੇਂ ਗੰਦੀ ਹੋ ਗਈ ਮੁੜ ਕੇ ਨਾ, ਸ਼ਰਟ ਉੱਥੋਂ ਕੱਪੜੇ ਕੁੱਪੜੇ ਚੱਕ ਕੇ ਚੱਲਦੇ ਹਾਂ ਚੰਡੀਗੜ੍ਹ ਨੂੰ। ਅਤੇ ਇੱਕ ਬੰਦਾ ਕਹਿੰਦੇ ਅੱਖਾਂ 'ਚ ਵੀ ਰੜਕਦਾ ਸੀ, ਉਹਦੇ ਵੀ ਅੱਜ ਦੇ ਧੌਲ ਧੱਫਾ ਕਰਨਾ ਪਿਆ, ਉਹਦੇ ਕਰਨਾ ਅੱਜ ਜੇ ਟੱਕਰ ਗਿਆ ਤਾਂ। ਮਿੱਤਰੋ ਹਵਾ ਕਰਦਾ ਸੀ ਯਾਰ, ਮੈਂ ਕਿਹਾ ਕੋਈ ਨਾ, ਮੈਂ ਕਿਹਾ ਆ ਜਾ, ਮੈਂ ਕਿਹਾ ਆਵਾਂ, ਕਹਿੰਦਾ ਆ ਜਾ, ਮੈਂ ਕਿਹਾ ਆ ਜਾਂਦਾ। ਮੁੜ ਕੇ ਫੋਨ ਲਾਇਆ, ਕਹਿੰਦਾ ਮੈਂ ਤਾਂ ਬਈ ਮੋਕ ਮਾਰ ਗਿਆ। ਕੋਈ ਨਾ ਪੁੱਤ, ਜਿੱਥੇ ਟੱਕਰ ਗਿਆ ਮੈਂ ਤਾਂ ਕੁੱਟੂੰਗਾ, ਟੱਕਰ ਨਾ ਜਾਈ ਮੈਨੂੰ। ਹੋਰ ਦੱਸੋ ਡੈਨਾਸੋਰ ਆਰਮੀ ਕੀ ਹਾਲ ਚਾਲ ਆ ਬਈ ਤੁਹਾਡੇ ਸਾਰਿਆਂ ਦੇ, ਠੀਕ ਹੋ? ਅਤੇ ਬਾਕੀ ਭਰਾ ਆਪਣੇ ਇੰਨੀ ਸਪੋਰਟ 'ਚ ਯਾਰ, ਸਰਾ ਕਰਾਇਆ ਪਿਆ ਯਾਰ, ਲੀਲੀ ਫਿਲੀ ਆਪਾਂ ਨੂੰ ਬੋਲਦੀ ਨਹੀਂ। ਸਹੀ ਆ, ਅਤੇ ਬਾਕੀ ਹੁਣ ਚੱਲੇ ਹਾਂ, ਅਤੇ ਉੱਥੇ ਚੱਲ ਕੇ ਰੰਗ ਢੰਗ ਦਿਖਾਉਂਦੇ, ਕਿਹੜਾ ਕੱਪੜੇ ਕੁੱਪੜੇ ਬਦਲੀਏ ਘਰੋਂ। ਅਤੇ ਸਾਜਨ ਵੀ ਚੱਕ ਲਈਏ, ਸਾਜਨ ਵੀ ਕੱਪੜੇ ਕੁੱਪੜੇ ਚੱਕ ਲੂਗਾ, ਫਿਰ ਆਪਾਂ ਦੋ ਦਿਨ ਉੱਥੇ ਚੰਡੀਗੜ੍ਹ ਹੀ। ਠੀਕ ਆ, ਕਿਉਂ ਲਓ ਵੀ ਮਿੱਤਰੋ ਕਹਿੰਦੇ ਗੱਡੀ ਲਿਆਂਦੀ ਆ ਹੈ ਨਵੀਂ ਝੋਟਾ, ਕਿੱਦਾਂ ਦਾ ਫੀਲ ਹੋ ਰਿਹਾ? ਕੱਦੂ ਚ ਵਾੜਾਂਗੇ ਹੁਣ ਚਿੱਟੀ, ਹੈ ਨਾ, ਕਾਲੀ ਕਰਕੇ ਵਿਖਾਵਾਂਗੇ, ਹੈ ਨਾ। ਚਲੋ ਫਿਰ ਚੱਲੀ ਆਪਾਂ ਚੰਡੀਗੜ੍ਹ ਜਾਣਾ, ਲੇਟ ਬਹੁਤ ਆ। ਚਲੋ ਜੀ ਆਓ ਵੇ, ਕਹਿੰਦੇ ਭਾਬੀ ਦੀ ਤੇਲ ਚੋਣ ਲਈ ਤਿਆਰ ਉਬਰ ਤਿਆਰ ਨਹੀਂ, ਅੱਗ ਲੱਗ ਜਾਣੀ ਕਈਆਂ ਦੇ ਅੱਜ, ਲੱਗਣੀ ਆ ਬਈ ਕਈਆਂ ਨੇ ਤਾਂ, ਸੋਣਾ ਨਹੀਂ ਜੀ, ਕੱਲ ਨੂੰ ਕੀ ਸੱਪ ਕੱਢਣਗੇ ਵੇਖ ਕੇ ਹੀ ਪਾਉ ਇਕੱਠੇ ਹੀ, ਹੈ ਨਾ। ਚੱਲ ਝੋਟਿਆ ਲੈ ਜਾ ਅੰਦਰ। ਲਓ ਵੀ ਮਿੱਤਰੋ, ਲੱਕੀ ਗੋਲਡ ਸਮਿਥ ਲਿਖਾ ਲਿਆ ਝੋਟੇ ਨੇ, ਹੈ ਘਰੇ ਬਾਅਦ ਚੋਂ ਵਾਰੀ ਗੱਡੀ, ਪਹਿਲਾਂ ਲੱਕੀ ਗੋਲਡ ਸਮਿਥ ਲਿਖਾ ਲਿਆ ਹੈ, ਨਹੀਂ ਗੱਡੀ ਤਾਂ ਬਾਅਦ ਚੋਂ ਵਾੜੀ, ਘਰੇ ਪਹਿਲਾਂ ਲੱਕੀ ਗੋਲਡ ਸਮਿਥ ਲਿਖਾ, ਹੈ ਨਾ, ਇਹ ਕੰਪਲਸਰੀ ਸੀ, ਹੈ ਪੂਰਾ ਓਕੇ ਆ। ਯੂਪੀ ਕਾਰੋਬਾਰ ਚੱਲਦੇ, ਥਾਪੀ ਜੀ ਮਾਰ ਦੀ ਉੱਥੇ, ਦੋ ਲੈ ਲੇ, ਇਸ਼ਾਰਾ ਕਰ ਦੇ, ਬਹਿ ਜਾ ਇਹਦੇ ਤੇ, ਬਹਿ ਜਾ। ਖੁੱਤੀ ਪਾਉਣੀ ਆ, ਕੀ ਚੀਜ਼ ਕੀ ਆ ਦੱਸਾਂਗੇ। ਹਾਂਜੀ, ਕੀ ਹਾਲ ਚਾਲ ਮਿੱਤਰੋ? ਤੇ ਬਾਈ ਇੱਕ ਗਿਫਟ ਤਾਂ ਦਿਖਾ ਦੇ ਜਿਹੜਾ ਤੈਨੂੰ ਦਿੱਤਾ, ਫੋਨ ਦਿੱਤਾ ਆਪਾਂ ਨੂੰ, ਜੇ ਆਪਾਂ ਸਾਜਨ ਨੂੰ ਬੂਟ ਦਵਾਉਣੇ ਆ ਘੈਂਟ ਜੇ, ਹੈ ਨਾ। ਕੀ ਤੂੰ ਰੈਡ ਟੇਪ ਤੋਂ ਦਵਾ ਦੀ, ਰੈਡ ਟੇਪ ਦੇ ਦੇਖ ਲੈਂਦੇ ਘੈਂਟ ਜੇ, ਬੂਟ ਬਾਲੇ ਸੋਹਣੇ ਪਏ ਆ ਸਾਜਨ, ਮੈਨੂੰ ਪਸੰਦ ਆ ਕੇ ਮੈਂ ਵੀ ਲੈ ਲੂੰ। ਸਹੀ ਆ, ਤੇ ਮਿੱਤਰੋ ਗੱਡੀ ਲਾਉਣ ਦੀ ਪਾਰਕਿੰਗ 'ਚ, ਤੇ ਹੁਣ ਦੇਖਦੇ ਆ ਟਾਇਰ ਸਾਜਨ ਵਾਸਤੇ ਟਾਇਰ ਹੋਣਗੇ ਯਾਰ, ਹਨਾ ਵੀ ਪਤਾ ਨਹੀਂ ਕੀ ਕਰਦੇ ਆ ਯਾਰ, ਅੱਜ ਤਾਂ ਬਾਹਲਾ ਖਰਚਾ ਹੋ ਗਿਆ ਸਾਜਨ, ਅੱਜ ਤਾਂ ਤੜਕੇ ਦੇ ਰੁਪਈਏ ਲੱਗੀ ਜਾਂਦੇ, ਪਹਿਲਾਂ ਮੋਟਰਸਾਈਕਲ ਫਿਰ ਗੱਡੀ, ਹੁਣ ਬੂਟ ਕਿ ਟਾਇਰ, ਇਹਨਾਂ ਬਾਅਦ ਚ ਫੋਨ। ਹਾਂ ਸੱਚ, ਫੋਨ ਵੀ ਲਿਆ ਆਪਾਂ ਨਵਾਂ ਇੱਕ, 10-12 ਹਜ਼ਾਰ ਦਾ ਤਾਂ ਖਾਈ ਗਏ ਹੋ ਕਿਹੜੇ ਸੋਚੇ। ਸਹੀ ਆ,
ਉਹ ਚਿੱਟੇ ਨਾਲ ਹੀ ਓਏ ਬਾਲੀ ਸ਼ੀਰ ਲਿਬੜ ਲਿਆ ਸਹੀ ਦੇਖਦੇ ਆ ਫਿਰ ਕੋਈ ਵਾਹ ਜੀ ਵਾਹ ਪਤਰੋ ਪਸੰਦ ਕਰੋ ਜਿਹੜੇ ਮਰਜ਼ੀ ਪੈਸੇ ਗੂਗਲ ਪੇ ਕਰ ਦਿਓ ਸਹੀ ਗੱਲ ਆ ਅੱਜ ਬਾਈ ਖਰਚਾ ਅੱਜ ਅਕਾਊਂਟ ਮੇਰੇ ਹਿਸਾਬ ਨਾਲ ਕਿੱਥੇ ਵੱਜਿਆ ਚਲੋ ਸਪੋਰਟਸ ਸਨੀਕਰ ਜੇ ਵੀ ਹੋਣਗੇ ਬਾਈ ਉਹ ਸਨੀਕਰ ਜੇ ਲੈ ਬਾਈ ਵਾਈਟ ਜੇ ਨਾ ਲਈ ਉਹ ਗੰਦੇ ਬਾਲੇ ਹੋ ਜਾਂਦੇ ਆ ਕਿਉਂ ਸਾਜਨ ਕਵੇਂ ਆਹ ਬੂਟ ਓਕੇ ਹੈ ਓਕੇ ਲੈ ਲਈਏ ਫਿਰ ਉਹ ਮੇਰੇ ਵਾਲੇ ਬੂਟ ਫੋਲ ਚਾਪਲ ਪਾਈ ਪਰ ਗਿਓ ਇੱਕ ਲੈਪ ਨਾ ਕੱਟੀ ਜਾਵੇ ਕਹਿੰਦਾ ਮੇਰੇ ਬੂਟ ਦੇਖੋ ਪਾਈ ਚਪਲਾ ਮਿਲਦਾ ਨਾ ਹੁਣ ਦੇਖੋ ਹੁਣ ਚੈੱਕ ਕਰੋ ਮਿੱਤਰੋ ਕਿਉਂ ਕਵੇਂ ਜੇ ਕਰ ਦਿੰਦੇ ਹੋ ਚੈੱਕ ਉੱਪਰ ਪਿੱਛੂ ਵੀ ਘੈਂਟ ਆਏ ਬਲੈਕ ਜੀ ਵੇਖੋ ਓਕੇ ਆ ਬਸ ਠੀਕ ਆ ਜਮਾਂ ਓਕੇ ਕਾ ਲਾ ਲੈਨੇ ਆ ਇਹ ਵੇਖੋ ਚੈੱਕ ਕਰੋ ਮਿੱਤਰੋ ਪੂਰੇ ਚੰਗੇ ਆ ਚਲੋ ਅੱਜ ਰੈਡ ਟੈਬ ਹੋ ਗਿਆ ਹੈ ਅਜੇ ਤਾਂ ਪਤਾ ਨਹੀਂ ਅਸੀਂ ਕਿੱਥੇ ਕਿੱਥੇ ਜਾਣਾ ਕਿੱਥੇ ਕਿੱਥੇ ਕੈਸ਼ ਬਹੁਤ ਕਰੋ ਚੈੱਕ ਮਿੱਤਰੋ ਪਵਾ ਤੇ ਨਵੇਂ ਟਾਇਰ ਤੂੰ ਨਹੀਂ ਪਾਏ ਮੈਂ ਘਰੇ ਜਾ ਕੇ ਪਾਉਂਗਾ ਗੱਡੀ 'ਚ ਪਾਏਗਾ ਸਹੀ ਆ ਚਲੋ ਬਈ ਚੱਲੀਏ ਟਾਇਰ ਦੇਖੋ ਮਾਰੀ ਕਿਉਂ ਕੀ ਹਾਲ ਚਾਲ ਹੈ ਕਿਵੇਂ ਆ ਗੱਡੀ ਆਪਣੀ ਗੱਡੀ ਠੀਕ ਆ ਜੀ ਹੈ ਜਾਂਦੀ ਹੈ ਮੇਲ ਦੀ ਬਾਬਾ ਬਾਬਾ ਸੁੱਖ ਰੱਖੇ ਸ਼ੀਸ਼ਾ ਧੋਣਾ ਯਾਰ ਸ਼ੀਸ਼ੇ ਤੇ ਨਾ ਬੜਾ ਉਹ ਪੈ ਗਿਆ ਵਾਟਾਂ ਵੜਦੀ ਜਾਂਦੀ ਵਾਟਾਂ ਵੜਦੀ ਜਾਂਦੀ ਤੇ ਮਿੱਤਰੋ ਪਹੁੰਚ ਗਏ ਆਪਾਂ ਰਾਜਪੁਰਾ ਚੰਡੀਗੜ੍ਹ ਜਾਵਾਂ ਰਾਜਪੁਰੇ ਕੋਲ ਦੀ ਹੈ ਓਕੇ ਦੀ ਰਿਪੋਰਟ ਆ ਢਾਬੇ ਦੇਖੋ ਖਾ ਪੀ ਲਈਏ ਭੁੱਖ ਤਾਂ ਹੈ ਨੀ ਪਾਣੀ ਪੀ ਲਈਏ ਤੇ ਇੱਕ ਗੱਡੀ ਦਾ ਸ਼ੀਸ਼ਾ ਸਾਫ਼ ਕਰਨ ਲੱਗੇ ਆ ਕਿਉਂ ਲਾਏ ਚੈੱਕ ਕਰੋ ਮਿੱਤਰੋ ਲਾਏ ਹਾਂਜੀ ਵਾਹ ਲਓ ਬਈ ਮਿੱਤਰੋ ਆ ਗਏ ਫਲੈਟ ਦੇ ਵਿੱਚ ਤੇ ਓਕੇ ਦੀ ਰਿਪੋਰਟ ਆ ਕੰਮ ਹੁਣ ਮੈਂ ਕਿਹਾ ਸੌਂ ਜੀ ਹਨੇਰਾ ਹੋ ਗਿਆ ਸੀਗਾ ਵਲੌਗ ਵੀ ਚੱਲ ਛੋਟਾ ਹੋਊਗਾ ਚਲੋ ਕੋਈ ਗੱਲ ਨਹੀਂ ਮਿੱਤਰੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਕਰ ਦਿਓ ਕਰਨਾ ਹੀ ਪੈਣਾ ਤੇ ਕਾਫੀ ਆ ਗਈ ਮਿੱਤਰੋ ਵਾਹ ਜੀ ਵਾਹ ਤੇ ਮਿੱਤਰੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਘੈਂਟ ਘੈਂਟ ਵਲੌਗ ਆਇਆ ਕਰਨਗੇ ਆਪਾਂ ਟਾਇਰ ਵੀ ਆਪਣੇ ਕੱਲ ਨੂੰ ਜਾਂ ਪਰਸੋਂ ਨੂੰ ਆ ਜਾਣੇ ਆ ਅੱਗ ਕਢਾ ਦੇ ਅੱਗ ਇੱਕ ਤੁਹਾਡੇ ਤੇ ਸਰਪ੍ਰਾਈਜ਼ ਆ ਰੌਲਾ ਨਾ ਪਾਇਓ ਰੌਲਾ ਨਾ ਪਾ ਜ਼ੋਰ ਪੈਣਾ ਸਾਜਨ ਤੇ ਆ ਫੜ ਕਾਫੀ ਸਾਜਨ ਤੇ ਜ਼ੋਰ ਪੈਣਾ ਨਾਲ ਦੇ ਤੇ ਵੀ ਜ਼ੋਰ ਪੈ ਸਕਦਾ 20 ਰੁਪਏ ਨਾ ਲੱਗਣੇ ਆ ਲਾਉਣੇ ਨਹੀਂ ਤੂੰ ਚਲੋ ਠੀਕ ਆ ਮਿੱਤਰੋ ਬਾਏ ਬਾਏ।